ਮੁੱਖ ਮੰਤਰੀ ਭਗਵੰਤ ਮਾਨ ਇੱਕ ਰੋਡ ਸ਼ੋਅ ਦੇ ਵਿੱਚ ਕਹਿੰਦੇ ਨੇ ਵੀ ਕੁਲਦੀਪ ਧਾਲੀਵਾਲ ਸੈਂਟਰ ਦੇ ਵਿੱਚ ਵਜ਼ੀਰ ਹੋਣਗੇ, ਅਤੇ ਇਹ ਜਿਹੜੀ ਵਿਉਂਤਬੰਦੀ ਕੀਤੀ ਗਈ ਹੈ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਇੱਕ ਬਿਆਨ ਨਹੀਂ ਹੈ, ਤਾਂ ਤਾਜ਼ਾ ਬਿਆਨ ਆ ਜਿਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਉਹਨਾਂ ਨੇ 13-0 ਦਾ ਨਾਰਾ ਵਾਰ ਵਾਰ ਦਿੱਤਾ ਸੰਸਦ ਵਿੱਚ ਵੀ। ਭਗਵੰਤ ਮਾਨ ਤਾਂ ਕੇਜਰੀਵਾਲ ਖੁਦ ਮੰਨ ਕੇ ਗਏ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡਾ ਜਾਦੂ ਤਾਂ ਚੱਲਣਾ ਨਹੀਂ, ਹੁਣ 2022 ਵਾਲੀਆਂ ਗੱਲਾਂ ਨਹੀਂ ਰਹੀਆਂ, ਹੁਣ ਗੱਲਾਂ ਹੋਰ ਹੋ ਗਈਆਂ, ਹੁਣ 2024 ਵਾਲੀਆਂ ਗੱਲਾਂ ਹੋ ਗਈਆਂ। ਮੁੱਖ ਮੰਤਰੀ ਦੇ 2-3 ਨਾਰੇ ਸੀ, ਇੱਕ ਤਾਂ ਪਾਰਟੀ ਨੇ ਲਿਖ ਦਿੱਤਾ ਸੰਸਦ ਵਿੱਚ ਹੀ ਭਗਵੰਤ ਮਾਨ, ਫਿਰ ਮੁੱਖ ਮੰਤਰੀ ਨੇ 2 ਗੱਲਾਂ ਵਾਰ ਵਾਰ ਕੀਤੀਆਂ, ਜਿਵੇਂ ਫਿਲਮ ਦੇ ਵਿੱਚ ਕਈ ਗੱਲ ਡਾਇਲੋਗ ਵਾਰ ਵਾਰ ਆਉਂਦੇ ਆ ਨਾ, ਇੱਕ ਪੰਜਾਬ ਬਣੇਗਾ ਹੀਰੋ, ਇਸ ਵਾਰ 13-0। ਇੱਕ ਉਹਨਾਂ ਨੇ ਗੱਲ ਕਹੀ ਕਿ ਮੈਨੂੰ ਪੰਜਾਬੀ ਉਹ 13 ਹੱਥ 13 ਆਵਾਜ਼ਾਂ ਹੋਰ ਦੇ ਦਿਓ, ਫਿਰ ਦੇਖਿਓ ਪਾਰਲੀਮੈਂਟ ਵਿੱਚ ਗਾਹ ਪੈਂਦਾ। ਇਹ ਵਾਰ ਵਾਰ ਅਸੀਂ ਗੱਲਾਂ ਸੁਣੀਆਂ, ਪਰ ਅੱਜ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਸਾਡੇ ਪੱਕੀ ਗੱਲ ਹੈ ਕਿ ਉੱਥੇ ਇੰਡੀਆ ਗੱਠਜੋੜ ਦੀ ਸਰਕਾਰ ਬਣੀ ਪਈ ਹੈ। ਇਸ ਇੱਕ ਗੱਲ ਤਾਂ ਮੰਨ ਲਈ ਹੈ ਉਹਨਾਂ ਨੇ ਕਿ ਕਾਂਗਰਸ ਦੇ ਨਾਲ ਮਿਲ ਕੇ ਉਹ ਸਰਕਾਰ ਬਣਾਉਣ ਜਾ ਰਹੇ ਆ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਕਿ ਸਾਡੇ ਤੋਂ ਬਿਨਾਂ ਵੀਰੋ ਸਰਕਾਰ ਨਹੀਂ ਬਣਨ ਵਾਲੀ ਸੈਂਟਰ ਦੇ ਵਿੱਚ, ਸਾਡੇ ਯੋਗਦਾਨ ਪਾਏ ਬਿਨਾਂ ਸਰਕਾਰ ਨਹੀਂ ਬਣਨੀ। ਇਸ ਦਾ ਮਤਲਬ ਕਿ ਅੰਦਰ ਖਾਤੇ ਉਹ ਮੰਨ ਚੁੱਕੇ ਹੈ, ਜਾਂ ਫਿਰ ਚਰਚਾ ਹੋ ਰਹੀ ਹੈ ਕਿ ਜਿਵੇਂ NDA ਦਾ ਗੱਠਜੋੜ ਹੈ ਉਹ ਪਛੜ ਰਿਹਾ, ਅਤੇ ਇੰਡੀਆ ਗੱਠਜੋੜ ਕੀ ਅੱਗੇ ਨਿਕਲ ਰਿਹਾ। ਹਾਲਾਂਕਿ BJP ਇਹ ਮੰਨਣ ਨੂੰ ਤਿਆਰ ਨਹੀਂ ਹੈ, BJP ਨੇ ਇਹ ਕਹਿ ਦਿੱਤਾ ਕਿ ਇੰਡੀ ਕਹਿ ਦਿੰਦੇ, ਉਹ ਇੰਡੀਆ ਗੱਠਜੋੜ ਵੀ ਨਹੀਂ ਕਹਿੰਦੇ। PM ਸਾਹਿਬ ਪੰਜਾਬ 'ਚ ਵੀ ਆਏ, ਉਹ ਕਹਿੰਦੇ ਕਿ ਗੱਲਾਂ ਹੀ ਆ ਬਸ। ਪਰ ਜਿੱਥੋਂ ਤੱਕ ਰਹੀ ਗੱਲ ਕਿ ਕੈਬਨਿਟ ਮਿਨਿਸਟਰ ਹੋਣਗੇ ਸੈਂਟਰ ਦੇ ਵਿੱਚ, ਵਜ਼ੀਰ ਹੋਣਗੇ ਕੁਲਦੀਪ ਸਿੰਘ ਧਾਲੀਵਾਲ, ਪਰ ਕੁਲਦੀਪ ਸਿੰਘ ਧਾਲੀਵਾਲ ਨੂੰ ਉਹਨਾਂ ਨੇ ਆਪਣੇ ਵੱਲੋਂ ਵਜ਼ੀਰੀ ਦਿੱਤੀ ਆ ਅੱਜ ਹੀ, ਭਾਵੇਂ 4 ਤਰੀਕ ਨੂੰ ਰਿਜ਼ਲਟ ਆਉਣਾ। ਉਹਨਾਂ ਨੇ ਮੰਨ ਲਿਆ ਕਿ ਅੰਮ੍ਰਿਤਸਰ ਤੋਂ ਤਾਂ ਉਹ ਹੀ ਨੇ ਲੋਕ ਸਭਾ ਮੈਂਬਰ, ਜਾਣਗੇ ਜਿੱਤ ਕੇ। ਪਰ ਦੂਸਰੇ ਪਾਸੇ ਇਹ ਵੇਖਿਆ ਜਾਵੇ ਕਿ ਜੇਕਰ ਉਹਨਾਂ ਨੇ ਵਜ਼ੀਰ ਤੈਅ ਕਰ ਲਿਆ, ਫਿਰ ਕੀ ਦੇਸ਼ ਦਾ ਪ੍ਰਧਾਨ ਮੰਤਰੀ ਦਾ ਵੀ ਤੈਅ ਹੋ ਗਿਆ ਕਿ ਇੰਡੀਆ ਗੱਠਜੋੜ ਵਾਕਈ ਕੱਲ੍ਹ ਨੂੰ ਸੱਤਾ ਵਿੱਚ ਆ ਰਿਹਾ, ਤਾਂ ਉੱਥੇ ਕੀ ਰਾਹੁਲ ਗਾਂਧੀ ਹੋਣਗੇ ਪ੍ਰਧਾਨ ਮੰਤਰੀ ਕਾਂਗਰਸ ਵੱਲੋਂ, ਜਾਂ ਫਿਰ ਉੱਥੇ ਕੋਈ ਹੋਰ ਧਿਰ ਦਾ ਖੇਤਰੀ ਪਾਰਟੀ ਕਿਸੇ ਹੋਰ ਇਲਾਕੇ ਦੇ ਵਿੱਚ ਉਹ PM ਦਾ ਚਿਹਰਾ ਬਣੇਗਾ, ਮਮਤਾ ਬੈਨਰਜੀ ਬਣਨਗੇ, ਜਾਂ ਫਿਰ ਜਿਹੜੇ 20 ਅਤੇ 22 ਸੀਟਾਂ ਦੇ ਉੱਤੇ ਚੋਣ ਲੜ ਰਹੇ ਅਰਵਿੰਦ ਕੇਜਰੀਵਾਲ, ਜੇਕਰ ਉਹਨਾਂ ਨੇ ਵਜ਼ੀਰੀਆਂ ਸੋਚ ਲਈਆਂ ਕਿ ਕਿਹਨੂੰ ਦੇਣੀਆਂ, ਤਾਂ ਫਿਰ ਕਿਵੇਂ ਉਹ 140 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰ ਰਹੇ ਨੇ ਕੇਜਰੀਵਾਲ, ਫਿਰ ਆ ਰਹੇ ਆ ਪੰਜਾਬ ਦੇ ਵਿੱਚ। ਬਾਹਰ ਵੀ ਉਹਨਾਂ ਨੇ ਆਖਿਆ ਕਿ ਸਾਨੂੰ ਢਾਹ ਲਾਉਣ ਦੀ ਕੋਸ਼ਿਸ਼ BJP ਵੱਲੋਂ ਇਸ ਕਰਕੇ ਕੀਤੀ ਜਾ ਰਹੀ ਆ, ਤਾਂ ਸਾਡੀ ਚੜ੍ਹਾਈ ਨਹੀਂ ਜਰੀ ਜਾ ਰਹੀ, ਅਸੀਂ ਜਿਹੜਾ ਕੰਮ ਕਰ ਰਹੇ ਹਾਂ ਪੂਰੀ ਇਮਾਨਦਾਰੀ ਦੇ ਨਾਲ, ਭ੍ਰਿਸ਼ਟਾਚਾਰ ਦੇ ਨਾਮ ਦੀ ਚੀਜ਼ ਹੀ ਕੋਈ ਨਹੀਂ। ਪਰ ਉਹ ਵੱਖਰੀ ਗੱਲ ਹੈ ਕਿ ਉਹਨਾਂ ਉੱਤੇ ਵੀ ਦੋਸ਼ 2 ਕਰੋੜ ਰੁਪਏ ਦੇ ਲੱਗੇ ਆ, ਕਥਿਤ ਘਪਲੇਬਾਜ਼ੀ ਦੇ ਸ਼ਰਾਬ ਮਾਮਲੇ ਦੇ ਵਿੱਚ ਅਤੇ ਹੋਰ ਸਾਰੇ ਕਾਸੇ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ। ਇੱਕ ਪਾਸੇ ਨੀਆਂ ਨੇ ਵੀ ਜਾਂਚ ਸ਼ੁਰੂ ਕਰ ਦੇਣੀ ਆ ਜਿਹੜੇ ਫੰਡਿੰਗ ਹੋਈ ਸੀ ਪਾਰਟੀ ਨੂੰ। ਇਹ ਸਾਰੀਆਂ ਗੱਲਾਂ ਦੇ ਵਿਚਾਲੇ ਹੁਣ ਗੱਲ ਇਹ ਹੈ ਕਿ ਜੇਕਰ ਮੰਤਰੀ ਮੰਡਲ ਤੈਅ ਹੋ ਗਿਆ ਆਮ ਆਦਮੀ ਪਾਰਟੀ ਕਾਂਗਰਸ ਦਾ ਜਾਂ ਇੰਡੀਆ ਗੱਠਜੋੜ ਦਾ ਕਹਿ ਲਈਏ, ਤਾਂ ਜਿਹੜਾ PM ਦਾ ਚਿਹਰਾ ਕੱਲ੍ਹ ਨੂੰ ਕੀ ਹੋ ਅਰਵਿੰਦ ਕੇਜਰੀਵਾਲ ਨੇ, ਕਿਉਂਕਿ ਵਾਰ ਵਾਰ ਉਹ ਕਹਿ ਰਿਹਾ ਕਿ 140 ਕਰੋੜ ਲੋਕਾਂ ਲਈ ਕੱਲ੍ਹ ਨੂੰ ਕੋਈ ਖੜਾ, ਤਾਂ ਇੱਕੋ ਹੀ ਨੇਤਾ ਉਹ ਅਰਵਿੰਦ ਕੇਜਰੀਵਾਲ, ਇਹ ਵਾਰ ਵਾਰ ਕਿਹਾ ਜਾ ਰਿਹਾ। ਉਹ ਜਿਹੜਾ ਇਹਨਾਂ ਨੇ ਅੱਜ ਬਿਆਨ ਦਿੱਤਾ ਹੈ, ਇਹਨੂੰ ਇਸ ਤਰੀਕੇ ਨਾਲ ਵੀ ਤਾਂ ਵੇਖਿਆ ਜਾ ਸਕਦਾ ਹੈ ਕਿ ਉਹ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹੋਣ ਵੀ ਵੋਟ ਖਰਾਬ ਨਾ ਕਰ ਲਿਓ, ਵੋਟ ਕੁਲਦੀਪ ਸਿੰਘ ਧਾਲੀਵਾਲ ਨੂੰ ਪਾ ਲਓ, ਅਸੀਂ ਇਹਨੂੰ ਮੰਤਰੀ ਬਣਾ ਕੇ ਭੇਜਾਂਗੇ। ਇਹ ਪ੍ਰਭਾਵ ਛੱਡਣ ਦੀ ਕੋਸ਼ਿਸ਼ ਹੁੰਦੀ ਹੈ, ਹਾਲਾਂਕਿ ਉੱਥੇ ਮੰਨਿਆ ਜਾ ਰਿਹਾ ਕਿ ਜਿਹੜੇ ਸਿਟਿੰਗ MP ਨੇ ਗੁਰਜੀਤ ਸਿੰਘ ਔਜਲ ਅੰਮ੍ਰਿਤਸਰ ਦੇ ਵਿੱਚ, ਇਹ ਨਹੀਂ ਕਿ ਜਿਹੜਾ ਪਹਿਲਾਂ ਮੈਂਬਰ ਪਾਰਲੀਮੈਂਟ ਰਿਹਾ ਹੋਵੇ ਤਾਂ ਉਸਦਾ ਵਿਰੋਧ ਨਹੀਂ ਹੁੰਦਾ, ਕਿਉਂਕਿ ਜਦੋਂ ਕੋਈ ਸਵਾਲ ਹੁੰਦਾ ਉਹ ਜਾਂ ਤਾਂ ਸੱਤਾ ਧਿਰ ਜਿਹੜੀ ਕਾਬਜ਼ ਹੁੰਦੀ ਉਹਨੂੰ ਹੁੰਦਾ, ਜਾਂ ਫਿਰ ਜਿਹੜਾ ਸਥਾਨਕ MP ਹੁੰਦਾ ਉਹਨੂੰ ਪੁੱਛਿਆ ਜਾਂਦਾ ਕਿ ਤੁਸੀਂ ਕੀਤਾ ਕੀ ਆ ਇਲਾਕੇ ਲਈ। ਉਹ ਵੱਖਰੀ ਗੱਲ ਹੈ, ਗੁਰਜੀਤ ਸਿੰਘ ਔਜਲ ਆ ਵੱਡੇ ਦਾਅਵੇ ਕਰ ਰਿਹਾ ਕਿ ਮੈਂ ਹੀ ਇਲਾਕੇ ਦੇ ਵਿੱਚ ਸੁਧਾਰ ਕੀਤਾ, ਵਿਕਾਸ ਕੀਤਾ, ਬਾਕੀਆਂ ਤੋਂ ਗੱਲ ਨਹੀਂ ਬਣੀ ਜਿਹੜੀ ਮੈਂ ਕੀਤੀ ਹੈ। ਪਰ ਇੱਥੋਂ ਤੱਕ ਰਹੀ ਗੱਲ ਕਿ ਭਾਸ਼ਣ ਦੇ ਨਾਲ ਜਾਂ ਇਸ ਬਿਆਨ ਦੇ ਨਾਲ ਇਹ ਪ੍ਰਭਾਵ ਛੱਡਿਆ
ਜਾ ਰਿਹਾ ਕਿ ਵੋਟ ਕਿਤੇ ਹੋਰ ਪਾ ਕੇ ਨਾ ਖਰਾਬ ਕਰ ਲਿਓ, ਕੱਲ੍ਹ ਨੂੰ ਵਜ਼ੀਰ ਸੈਂਟਰ ਵਿੱਚ ਕੁਲਦੀਪ ਸਿੰਘ ਧਾਲੀਵਾਲ ਜੇਕਰ ਬਣ ਗਏ ਤਾਂ ਉਹਨਾਂ ਨੇ ਕੰਮ ਕਢਾ ਕੇ ਦੇਣੇ ਅੰਮ੍ਰਿਤਸਰ ਦੇ, ਗੁਰਜੀਤ ਸਿੰਘ ਔਜਲਾ ਜਾਂ ਕੋਈ ਹੋਰ ਨਹੀਂ ਨੇੜੇ ਦਿਖਾਈ ਦੇਣਾ। ਇਸ ਕਰਕੇ ਵੀ ਹੋ ਸਕਦਾ ਕਿ ਉਹਨਾਂ ਨੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਹਾਲਾਂਕਿ ਇੰਡੀਆ ਗੱਠਜੋੜ ਜੇਕਰ ਵਾਕਈ ਮੰਨ ਲਈ ਜਾਵੇ, ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਮੰਨ ਲਈਏ, ਜੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਜਿਵੇਂ ਸੋਚੀ ਬੈਠੀ ਹੈ ਮੰਨ ਲਈਏ, ਕੀ ਫਿਰ ਗੁਰਜੀਤ ਸਿੰਘ ਔਜਲਾ ਉਹ ਵੀ ਤਾਂ ਇੰਡੀਆ ਗੱਠਜੋੜ ਦਾ ਹਿੱਸਾ ਨੇ, ਜੇਕਰ ਉਹ ਜਿੱਤ ਜਾਂਦੇ ਆ ਫਿਰ ਉਹ ਵੀ ਤਾਂ ਸੈਂਟਰ 'ਚ ਵਜ਼ੀਰ ਬਣ ਸਕਦੇ ਆ। ਇਹ ਸਾਰੀਆਂ ਗੱਲਾਂ ਇਸ ਕਰਕੇ ਵੀ ਹੋ ਸਕਦੀਆਂ, ਕੀਤੀਆਂ ਜਾ ਰਹੀਆਂ ਹੁਣ ਜਿਵੇਂ ਤੁਸੀਂ ਕਿਹਾ ਕਿ ਵੋਟ ਕਿਤੇ ਲੋਕ ਸੋਚ ਪਾਉਣ ਲੱਗਿਆ ਸੋਚਣ ਕਿ ਯਾਰ ਇਹ ਤਾਂ ਸੈਂਟਰ ਦੇ ਵਜ਼ੀਰ ਹੈ, ਮੁੱਖ ਮੰਤਰੀ ਸਾਹਿਬ ਨੇ ਕਹਿ ਤਾ ਆਪਾਂ ਵੋਟ ਇੱਧਰ ਹੀ ਨਾ ਪਾ ਦਈਏ। ਇਹ ਸਾਰੀਆਂ ਗੱਲਾਂ ਦੇ ਲਈ ਵੀ ਕਿਤੇ ਨਾ ਕਿਤੇ ਸਿੰਬੋਲਿਕ ਤੌਰ 'ਤੇ, ਸੰਕੇਤਕ ਤੌਰ 'ਤੇ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਹੁੰਦੀ ਆ। ਆਪਾਂ ਜਿਵੇਂ ਗਲਤ ਕਰ ਰਹੇ ਹਾਂ ਵੀ ਜੇ ਉਹ ਜਿੱਤਦੇ ਨੇ, ਜੇ ਹਾਰ ਵੀ ਜਾਂਦੇ ਨੇ ਤਾਂ ਫਿਰ ਵੀ ਆਪਾਂ ਮੰਨ ਸਕਦੇ ਹਾਂ ਵੀ ਉਹ ਬਣ ਸਕਦੇ ਨੇ ਮੰਤਰੀ, ਕਿਉਂਕਿ ਰਾਜ ਸਭਾ ਸੀਟ ਖਾਲੀ ਕਰਾ ਕੇ ਕੀ ਪਤਾ ਉਹ ਉਹਨਾਂ ਨੂੰ ਰਾਜ ਸਭਾ ਦੇ ਥਰੂ ਉਹਨਾਂ ਨੂੰ ਮਿਨਿਸਟਰ ਬਣਾ ਦਿੱਤਾ ਜਾਵੇ, ਜੇ ਮੰਨ ਲਓ ਹਾਰ ਵੀ ਜਾਂਦੇ ਨੇ, ਇਹ ਵੀ ਸੋਚ ਕੇ ਬਿਆਨ ਦਿੱਤਾ ਹੋ, ਮਤਲਬ ਇਹ ਵੀ ਜਿਹੜਾ ਬਿਆਨ ਹੈ ਇਹ ਸੋਚ ਕੇ ਦਿੱਤਾ ਜਾ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ। ਇਹ ਗੱਲ ਸੱਚ ਦੇ ਨੇੜੇ ਕਿੰਨੀ ਕੁ ਇਹਦੇ ਬਾਰੇ ਅੱਜ ਨਹੀਂ ਕਿਹਾ ਜਾ ਸਕਦਾ। ਇੱਕ ਚਰਚਾ ਜ਼ਰੂਰ ਚੱਲ ਰਹੀ ਹੈ ਕਿ ਕੁਝ ਰਾਜ ਸਭਾ ਮੈਂਬਰ ਆ ਜਿਹੜੇ ਉਹਨਾਂ ਤੋਂ ਅਸਤੀਫੇ ਲੈਣ ਦੀ ਤਿਆਰੀ ਵਿੱਚ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ। ਹੁਣ ਉਹਨਾਂ ਦੀ ਥਾਂ 'ਤੇ ਭੇਜਣਾ ਕਿਹਨੂੰ ਆ, ਘੱਲਣਾ ਕਿਹਨੂੰ ਹੈ, ਇਹ ਤੈਅ ਕਰੇਗਾ ਇੰਡੀਆ ਗੱਠਜੋੜ ਜਿੱਤਦਾ ਕਿ ਨਹੀਂ ਜਿੱਤਦਾ। ਜੇਕਰ 4 ਜੂਨ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਜਾਂ ਇੰਡੀਆ ਗੱਠਜੋੜ ਦੇ ਹਿੱਸੇ ਆਉਂਦੇ ਨੇ, ਹੋ ਸਕਦਾ ਹੈ ਫੈਸਲੇ ਉੱਤੇ ਨਾ ਵਿਚਾਰ ਵਟਾਂਦਰਾ ਕੀਤਾ ਜਾਵੇ। ਜੇਕਰ ਨਤੀਜੇ ਉਲਟ ਆ ਗਏ, NDA ਫਿਰ ਕਾਬਜ਼ ਹੋ ਗਿਆ ਸੈਂਟਰ ਦੇ ਵਿੱਚ, ਤਾਂ ਫਿਰ ਹੋ ਸਕਦਾ ਹੈ ਕਿ ਰਾਜ ਸਭਾ ਮੈਂਬਰਾਂ ਦੀ ਅਦਲਾ ਬਦਲੀ ਹੋ ਜਾਵੇ। ਉਹਦੇ ਵਿੱਚ ਕਿਹੜੇ ਕਿਹੜੇ ਨਾਮ ਹੋਣਗੇ ਅੱਜ ਨਹੀਂ ਕਿਹਾ ਜਾ ਸਕਦਾ।